ਕਰ ਲੈ ਪ੍ਰੈਸ ਬੈਡਸ਼ੀਟ ਕੀਤੀ ਮੰਮੀ ਕਹਿੰਦੀ ਡੈਡੀ ਤੇਰੇ ਨਾਲ ਤੜਫ ਉੱਠਣਾ ਹੀ ਚਲੋ ਕੋਈ ਨਾ ਹੋਈ ਵਿਹਲੀ ਆ ਜਾਂਦੀ ਮੂੰਹ ਚੁੱਕ ਕੇ ਬੈਠ ਰਾਖੀ ਕਾਹਦੀ ਪੱਲੇ ਤੇਰੇ ਅੱਡੀਏ ਸਿਆਣੀਏ ਚਲੋ ਸ਼ੀਟ ਸ਼ੂਟ ਲੱਗ ਗਈ ਨਹੀਂ ਵਾਸ਼ਿੰਗ ਲੱਗ ਗਿਆ ਸ਼ੀਟ ਚਲੋ ਜੀ ਕਦੋਂ ਆਉਣਾ ਹੁਣ ਹਫ਼ਤੇ ਤੱਕ ਅੱਜ ਰਾਤ ਨੂੰ ਨਹੀਂ ਪਹਿਲਾਂ ਮਹਾਰਾਜ ਦਾ ਪਹਿਲਾਂ ਮਹਾਰਾਜ ਦਾ ਸਰੂਪ ਲਿਆਉਣਾ ਫਿਰ ਪਾਠ ਕਰਾਉਣਾ ਫਿਰ ਉਸ ਤੋਂ ਬਾਅਦ ਹੈ ਨਾ ਅੱਜ ਕੋਠੇ ਦੇੜੀ ਸਾਫ਼ ਸਫਾਈ ਹੋਣ ਇੱਧਰ ਬਾਲਣ ਬੰਨਿਆ ਇਹ ਤਾਂ ਕਰਕੇ ਬੰਨਿਆ ਵੀ ਜਿੱਦਾਂ ਤੰਦੂਰ ਲਿਆਉਣਾ ਬਸ ਇਹਦੇ ਸਿਰ 'ਤੇ ਸਾਰੀਆਂ ਰੋਟੀਆਂ ਬੰਨੀਆਂ ਕਿ ਨਹੀਂ ਭਾਅ ਜੀ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਅਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਾਰੇ ਜਣੇ ਕਰਦੇ ਹੋ ਸਬਸਕ੍ਰਾਈਬ ਮੈਂ ਦਹੀਂ ਲੈ ਆਇਆ ਅਤੇ ਨਾਲ ਲਿਆਇਆ ਪਨੀਰ ਕਰਨ ਦੀ ਲਿਆਉਣੀ ਕਹਿੰਦੇ ਆਉਣਾ ਆ ਅਤੇ ਆਏ ਨਹੀਂ ਅਸੀਂ ਸਭ ਕੁਝ ਪਤਾ ਨਹੀਂ ਕੀ ਗੱਲ ਆ ਆ ਗਏ ਜੀ ਸਾਹਿਬ ਜੀ ਬੜੇ ਚਿਰ ਦੇ ਡਿੱਕਣ ਡਏ ਮੈਂ ਦੋ ਭਾਅ ਜੀ ਨੇ ਕੱਲ ਨੂੰ ਫੋਨ ਲਾਏ ਨੇ ਦੋਵਾਂ 'ਚ ਆਵਾਜ਼ ਆਉਣ ਡਈ ਹੈ ਪਾਣੀ ਤੁਸੀਂ ਬੜਾ ਟਾਈਮ ਲਾਇਆ ਤੁਸੀਂ ਕੀ ਕਰਦੇ ਰਹੇ ਹੁਣ ਨਹੀਂ ਉਹ ਤਾਂ ਠੀਕ ਹੈ ਚੱਲ ਨਹੀਂ ਸਿੰਘ ਨਹੀਂ ਨਹੀਂ ਬੜਾ ਵਧੀਆ ਲੱਗ ਗਿਆ ਉਹ ਤਾਂ ਬਹੁਤ ਵਧੀਆ ਲੱਗ ਗਿਆ ਉਹ ਮੰਮੀ ਉਹ ਵਧੀਆ ਸਗੋਂ ਲੰਮੇ ਤੋਂ ਲੰਮਾ ਉਹ ਫਿਰ ਪੁਰਾਣੇ ਮਾਡਲ ਜਿਹੇ ਵਾਲਾ ਹੋ ਗਿਆ ਮੰਮੀ ਕਹਿੰਦੀ ਸਾਰਿਆਂ ਦੇ ਵੱਡੇ ਇਹਨਾਂ ਨੂੰ ਚੇਤੇ ਆਉਂਦੇ ਮੇਰਾ ਵੱਡੇ ਨਹੀਂ ਚੇਤੇ ਨਹੀਂ ਮੈਨੂੰ ਚੇਤਾ ਹੀ ਇੱਧਰ ਬਣਦੀ ਰੋਟੀ ਕਹਿੰਦੀ ਨਹੀਂ ਹੋਣੀ ਆਏ ਨੇ ਅਤੇ ਪਨੀਰ ਬਣਾ ਤਾ ਮੰਮੀ ਨੇ ਅਤੇ ਸਨੀਹ ਫੁਲਕੇ ਲਵਾਉਂਦੀ ਬਾਕੀ ਤਾਂ ਲੱਥੇ ਹੋਣੇ ਮੇਰੇ ਸੋਨਾ ਹੈ ਨਾ ਪਹਿਲਾਂ ਦੇ ਹੈ ਨਾ ਭਾਅ ਜੀ ਹੁਣ ਦੇ ਰਹਿ ਗਏ ਬਸ ਖੀਰਾ ਵੀ ਫਾਇਲ ਲਿਆਂਦਾ ਸੀ ਅੱਛਾ ਅੱਛਾ ਓਕੇ ਬਾਏ ਸਤਿ ਸ਼੍ਰੀ ਅਕਾਲ ਜਾ ਕੇ ਫੋਨ ਕਰਦੇ ਮਹਾਰਾਜ ਸਾਹਿਬ ਜੀ ਬਾਏ ਬਾਏ ਓਕੇ ਗੱਡੀ ਮਗਰੇ ਲਾਈ ਪਤਾ ਨਹੀਂ ਮੈਂ ਵੇਖੀ ਨਹੀਂ ਕਿੱਥੇ ਲਾਈ ਅੱਜ ਬਾਏ 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 ਮੰਮੀ
ਹਾਂਜੀ ਬੜੇ ਚਿਰਾਂ ਬਾਅਦ ਗੇੜਾ ਮਾਰਿਆ ਜੇ ਟਾਈਮ ਨਹੀਂ ਲੱਗਦਾ ਅੱਜ ਕੀ ਵਾਰ ਮੰਗਲਵਾਰ ਅੱਛਾ 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 ਅੱਜ ਖਾਣ ਪੀਣ ਗਏ ਸਪੈਸ਼ਲ ਇੱਦਾਂ 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 ਕੀਤਾ ਸਹੀ ਗੱਲ ਸਹੀ ਗੱਲ ਇਹਨਾਂ ਨੂੰ ਇਹ ਗੱਲ ਹੈ ਉਦੋਂ ਉਦੋਂ ਤਾਂ ਮੈਨੂੰ ਗੱਲ ਹੋਈ ਮੇਰੀ ਫੋਨ ਤੇ ਕਹਿਣ ਡੇ ਜਾਣਾ ਉਦੋਂ ਚਲ ਗਿਆ ਸੀ ਰੇਸ਼ਮਵੀਰ ਜੀ ਹੁਣਾਂ ਨੇ ਬੁਲਾਇਆ ਤੇ ਭਾਬੀ ਹੁਣਾਂ ਨੇ ਬੁਲਾਇਆ ਵਾ ਮੈਨੂੰ ਤੇ ਗੁੱਡੀਆਂ ਨੂੰ ਅਸਲ ਜੀ ਗੁੱਡੀਆਂ ਨੂੰ ਬੁਲਾਇਆ ਵਾ ਤੇ ਕਿੰਨੇ ਜੀ ਬੁਲਾਇਆ ਮੈਂ ਕਹਿੰਦੇ ਗੁੱਡੀਆਂ ਨੂੰ ਲੈ ਕੇ ਆਇਆ ਵੀ ਤੇ ਕੰਜਕਾਂ ਦੇਣੀਆਂ ਵਾ ਇੱਦਾਂ ਕਹੀਦਾ ਕੰਜਕਾਂ ਦੇਣੀਆਂ ਕਹੀਦੀ ਮੰਮੀ ਭਾਬੀ ਨੇ ਕੰਜਕਾਂ ਦੇਣੀਆਂ ਤੇ ਤਾਂ ਕਰਕੇ ਹੁਣ ਮੈਨੂੰ ਲੈ ਕੇ ਚੱਲਿਆ ਵਾ ਚੱਲ ਅੱਜ ਵੀ ਇਹਨੂੰ ਚੀਜ਼ੀ ਮਿਲਣੀ ਅੱਜ ਜੀ ਚੱਲ ਗਈ ਚੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰ ਦਿਓ ਸਤਿ ਸ਼੍ਰੀ ਅਕਾਲ ਕਰ ਦਿਓ ਸਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਆ ਪਲੇਟ ਛੱਡ ਕੇ ਆ ਗਈ ਆਪਣੀ ਹਰਗੁਣ ਸਤਾਨੀ ਕਾਂਡੇ ਦੋਵੇਂ ਜਾਣੇ ਉਹ ਲਾਡੀ ਕਰਦਾ ਵਾ ਨਾ ਆ ਗਏ ਆਪਾਂ ਘਰੇ ਅਤੇ ਹਰਗੁਣ ਨੂੰ ਭਾਬੀ ਜੀ ਨੇ ਚੂੜਾ ਦਿੱਤਾ ਪਾਉਣ ਵਾਸਤੇ ਵਾ ਸਨੀਪ ਲੱਗੀ ਪਾਉਣ ਇਹਦੀ ਬਾਹਾਂ 'ਚ ਪਾਵਾਂ ਭਲਾਉਂਦਾ ਮੈਨੂੰ ਲੱਗਦਾ ਥੋੜ੍ਹਾ ਲੂਜ਼ ਹੋਣਾ ਖੁੱਲ੍ਹਾ ਹੋਣਾ ਮੈਨੂੰ ਲੱਗਦਾ ਚੱਲ ਕੋਈ ਨਹੀਂ ਸ਼ਗਨ ਕਰਦੇ ਮਾੜਾ ਜਿਹਾ ਚੱਲ ਵੀ ਲਓ ਜੀ ਆਏ ਆਏ ਕਿੰਨੀ ਖੁਸ਼ ਹੋਈ ਹੋ ਕਿੰਨੀ ਖੁਸ਼ ਹੋਈ ਪਲੇਟ ਲਵਾਂ ਹੋਰ ਬੜੀ ਸਪੀਡ ਚ ਆਈ ਆ ਸਾਰਾ ਵਾਲਪੇਪਰ ਇਹੋ ਲਾਈ ਜਾਂਦੀ ਬਸ ਹੁਣ ਪਾੜੀ ਜਾਂਦੀ ਕੰਧਾਂ ਕੁੰਧਾਂ ਸਭ ਕਰੀ ਜਾਂਦੀ ਖਰਾਬ ਹੈ ਕੁੜੀ ਹਾਂਜੀ ਇੱਕ ਜੁੰਡੀ ਮੰਮੀ ਨੇ ਮਗਰ ਵੀ ਕੀਤੀ ਸੀ ਉਹ ਫਿਰ ਉੱਧਰ ਹੀ ਖੁੱਲ੍ਹ ਗਈ ਕਿਤੇ ਰਿਸ਼ ਹੋਣਾ ਦਾ ਘਰ ਲੱਗ ਗਿਆ ਰਿਸ਼ ਮਿਲਿਆ ਉਹਨੇ ਟਰੈਵਲ ਕਪਲ ਵਾਲਿਆਂ ਦਾ ਵਲੌਗ ਦੇਖ ਰਹੇ ਹਾਂ ਪਾਕਿਸਤਾਨ ਵਾਲਾ ਇਸ ਕਰਕੇ ਦੇਖ ਰਹੇ ਜੇ ਆਪਣਾ ਇਰਾਦਾ ਬਣਿਆ ਅਤੇ ਤੁਹਾਨੂੰ ਦੱਸਣ ਜੇ ਆਪਣਾ ਵੀਜ਼ਾ ਆ ਗਿਆ ਜਾਂ ਕੋਈ ਸਿਸਟਮ ਬਣਿਆ ਅਤੇ ਆਪਾਂ ਜ਼ਰੂਰ ਪਾਕਿਸਤਾਨ ਜਾਣਾ ਆ ਬਸ ਚੱਲ ਰਿਹਾ ਪ੍ਰੋਸੈਸ ਬਾਕੀ ਵੇਖੋ ਮਹਾਰਾਜ ਕੀ ਕਰਦਾ ਹੈ ਅਤੇ ਬਾਈ ਹੁਣਾਂ ਨੇ ਜਿਹਦੇ ਥਰੂ ਆਪਣਾ ਕੰਮ ਬਣ ਰਿਹਾ 18 ਤਰੀਕ ਨੂੰ ਉਹਨੇ ਜਾਣਾ ਆ ਅਤੇ ਜਿੱਥੋਂ ਕਦੇ ਵੀਜ਼ਾ ਵੂਜ਼ਾ ਕਢਾਉਣਾ ਜੋ ਵੀ ਕਰਨਾ ਸਿਸਟਮ ਉਹਨੇ 18 ਤਰੀਕ ਨੂੰ ਕਰਨਾ ਹੈ ਅਤੇ ਉਸ ਤੋਂ ਬਾਅਦ ਵਿੱਚ ਵੇਖੋ ਕਦੋਂ ਕਦੇ ਕੰਮ ਬਣਦਾ ਹੈ ਜਾਂ ਬਣਦਾ ਵੀ ਆ ਜਾਂ ਨਹੀਂ ਵੀ ਬਣਦਾ ਮੈਂ ਤਾਂ ਹੀ ਪਹਿਲਾਂ ਕਰਨਾ ਝੂਠ ਕਹਿੰਦਾ ਵੀ ਜਾਣਾ ਹੀ ਜਾਣਾ 50-50 ਆ ਚਾਂਸ ਇੱਕ ਇਹ ਕੁੜੀ ਨਾ ਟੇਕਿਆ ਨਹੀਂ ਹੋ ਪੈਂਦੀ ਬਸ ਏ ਸੀ ਅਜੇ ਨਹੀਂ ਅਸੀਂ ਚਾਲੂ ਕੀਤਾ ਮੈਨੂੰ ਕਹੇ ਕੱਲ੍ਹ ਪਤਾ ਕੌਣ ਡਿਆ ਪੁੱਛਣੇ ਏਸੀ ਚਾਲੂ ਕਰ ਲਿਆ ਮਹਾਂ ਨਹੀਂ ਆਹ ਵਿੱਕੀ ਪੁੱਛਣ ਰਿਹਾ ਮਹਾਂ ਨਹੀਂ ਅਜੇ ਨਹੀਂ ਭਰਾ ਕੀਤਾ ਲੋੜ ਹੀ ਨਹੀਂ ਅਜੇ ਹੋਈ ਮੰਮੀ ਚੱਲੀ ਦਵਾਈ ਲੈਣ 'ਤੇ ਉਹ ਮਗਰੇ ਉਹਨੇ ਵੇਖ ਲਿਆ ਤਿਆਰ ਹੋ ਗਏ ਆ ਵੇਖੇ ਹੁਣ ਖੇੜੇ ਵੇਖੇ ਕਿੱਦਾਂ ਪੈਂਦੀ ਹੈ ਵੇਖੀ ਜਾਇਆ ਬਸ ਹੁਣ ਤਾਂ ਨਖਰਾ ਜਿਹਾ ਰਹਿਦਾ ਇੱਧਰ ਆ ਜਾ ਇੱਧਰ ਇੱਧਰ ਆ ਇੱਧਰ ਆ ਇੱਧਰ ਆ ਕਹਿਣਾ ਕੀ ਦਵਾਈ
ਸਬਜ਼ੀ ਕੋਈ ਲਈ ਆਇਓ। ਜਵਾਨੀ ਹੁਣੇ ਹਲੇ ਪੂਰੀਆਂ ਖਾਣ ਡਈ ਸੀ ਤੇ ਡੈਡੀ ਨੇ ਬਾਹਰ ਵੇਖ ਲਿਆ ਮੋਟਰਸਾਈਕਲ ਆ ਗਿਆ ਵਾ ਤੇ ਨਾਲ ਹੀ ਕਹਿੰਦੀ ਡੈਡੀ ਨੇ ਹੁਣ ਕਹਿਣਾ ਵੀ ਉਧਰ ਨੂੰ ਖੰਘ ਲਈ ਤਾਂ ਪੂਰੀਆਂ ਖਾਣ ਡਈ ਕਿਉਂ ਨੀ ਫੁਲਕਾ ਖਾਣ ਡਈ। ਰੋਜ਼ ਯਾਰ ਮੈਂ ਦੱਸਦਾ ਡੈਡੀ ਨੇ ਘਮਟਾ ਲੈਂਦੇ ਦਵਾਈ ਲੈ ਕੇ ਆ ਗਏ ਇੱਥੇ ਫੁਲਕਾ ਖਾਣ ਡਈ। ਡੈਡੀ ਆਈ ਜਰਾ ਇੱਕ ਮਿੰਟ ਨਹੀਂ ਨਹੀਂ ਆਇਆ ਆਇਆ ਡੈਡੀ ਆ ਵੇਲਾ ਖੰਘ ਲੱਗੀ ਉਹ ਇੱਕ ਮਿੰਟ ਆ ਲੈਂਦੇ ਇੱਕ ਮਿੰਟ। ਜਵਾਨਣੀ ਨੇ ਪਤਾ ਕੀ ਕੀਤਾ ਕਿੱਥੇ ਜੀ ਡੈਡੀ ਉਹਨਾਂ ਇੱਕ ਮਿੰਟ ਆ ਕਹਿੰਦੀ ਪੂਰੀਆਂ ਤੂੰ ਰੱਖ ਲੈ ਇਹ ਡੈਡੀ ਆਖੂ ਵੀ ਤੂੰ ਤੂੰ ਖਾਣ ਡਿਆ ਸੀ ਮੈਂ ਤਾਂ ਖਾਣੀ ਡਈ ਨੈਣਾ ਡੈਡੀ ਦਾ ਕਹਿਣਾ ਖੰਘ ਲੱਗਾ ਹੀ ਇਹਦੇ ਪੂਰੀਆਂ ਖਾਣ ਡਈ। ਜਵਾਨਣੀ ਨੇ ਮਿੰਟਾ ਮਿੰਟ ਮੇਰੇ ਗਾੜੀ ਡਾਹ ਤੀ ਮੈਂ ਤੂੰ ਵੱਡੀ ਸਿਆਣੀ ਅਗਰ ਡੈਡੀ ਨੇ ਹੁਣੇ ਦਵਾਈ ਲਿਆਂਦੀ ਫਿਰ ਇਹਦੇ ਜੋਗੀ ਤੇ ਆਹ ਇੰਜੈਕਸ਼ਨ ਇਹਨੂੰ ਲੱਗਣਾ ਨਾੜ ਦੇ ਵਿੱਚ ਇੱਧਰ ਆਏ ਹੁੰਦੀ ਜੀ ਹੁਣ ਵਾਲੇ ਬੰਨੇ ਤੇ ਇਹਨਾਂ ਨੇ ਕਿਤੇ ਚਾਹ ਮੰਗਵਾਈ ਹੋਣੀ ਤੇ ਮੈਨੂੰ ਪਤਾ ਨਹੀਂ ਡੈਡੀ ਨੂੰ ਕਿਹਾ ਹੋਣਾ ਕਦੇ ਤੇ ਮੈਨੂੰ ਗਾੜੀ ਡੈਡੀ ਹੋਣਾ ਕਿਹਾ ਹੋਣੀ। ਆਹ ਸੀਮਿੰਟ ਦੀਆਂ ਬੋਰੀਆਂ ਇਹ ਵੀ ਖਰਾਬ ਹੋ ਗਈਆਂ ਨੇ ਪੱਥਰ ਬਣ ਗਈਆਂ ਲੈ ਪੱਥਰ ਇਹ ਖਰਾਬ ਹੋ ਗਿਆ ਸੀਮਿੰਟ ਖਲਾਰਾ ਸਾਂਭਿਆ ਨਹੀਂ ਜਾਣ ਡਿਆ ਕਿੰਨਾ ਖਲਾਰਾ ਹੋਇਆ ਪਿਆ ਇੱਧਰ ਸਾਰਾ ਹੀ ਅਜੇ ਫਿਰ ਇੱਕ ਮੈਨੂੰ ਲੱਗਦਾ ਥਾਂ ਧੁੱਪ ਉਗਾ ਲੱਗਦੀ ਗੱਲ ਜਿੱਦਾਂ ਰੇਤ ਹੋਈ ਪਈ ਸਾਰੀ ਅਜੇ ਤੇ ਇੱਧਰ ਇਹ ਠੀਕ ਨਹੀਂ ਅੱਜ ਜ਼ੁਕਾਮ ਹੋ ਗਿਆ ਇਹਨੂੰ ਵੀ ਹੁਣ ਕਿਰਨ ਨੂੰ ਵੀ ਅਤੇ ਇਹ ਜਾਲੀਆਂ ਜੂਲੀਆਂ ਜਿਹਾ ਲਾਉਣ ਡਿਆ ਨਿੱਕੀਆਂ ਨਿੱਕੀਆਂ ਆਹ ਨਿੱਕੇ ਨਿੱਕੇ ਕੰਮ ਰਹਿੰਦੇ ਜਿੱਦਾਂ ਹੁਣ ਇੱਕ ਆਹ ਲਾਈ ਹੈ ਰਸੋਈ 'ਚ ਲਾਈ ਹੈ ਵੀ ਅਤੇ ਹੋਰ ਤਾਰਾਂ ਤੁਰਾਂ ਵਾਇਰਿੰਗ ਦਾ ਵੀ ਕੰਮ ਨਿਬੜ ਗਿਆ ਅੱਜ ਬਾਕੀ ਇਹਨਾਂ ਸਿੰਕ ਸੁੰਕ ਵੀ ਲਵਾਏ ਵਿਖਾਉਂਦਾ ਤੁਹਾਨੂੰ ਆਹ ਰਸੋਈ 'ਚ ਲਾਈਆਂ ਆਹ ਵੇਖੋ ਟੂਟੀਆਂ ਲਾਤੀਆਂ ਇੱਧਰ ਵੀ ਤੁਹਾਨੂੰ ਦਿਖਾਉਂਦਾ ਮੈਂ ਆਹ ਵੇਖੋ ਆਹ ਟੋਇਲਟ ਸੀਟ ਲਵਾਤੀ ਹੈ ਉਹ ਸਿੰਕ ਸਾਹਮਣੇ ਆ ਵੀ ਲਾਤਾ ਆਹ ਟੂਟੀਆਂ ਆਹ ਫੁਹਾਰਾ ਜਿਹਾ ਕੀ ਇਹਨੂੰ ਕਹਿ ਦਿੰਦੇ ਆ ਵੀ ਇੱਥੇ ਅਜੇ ਇੱਕ ਲੱਗਣਾ ਹੈ ਇੱਥੇ ਹੋਰ ਅਜੇ ਲੱਗਣਾ ਉਹ ਖਰਾਬ ਨਿਕਲਿਆ ਇੱਕ ਅਤੇ ਇਹ ਸਰਦਾਰ ਸਾਹਿਬ ਅਤੇ ਉੱਥੇ ਆਖਣਾ ਇੱਥੇ ਕੀ ਲਾਉਣਾ ਇੱਥੇ ਸ਼ੀਸ਼ਾ ਲਾਉਣਾ ਭਾਜੀ ਉਹਨਾਂ ਦੇ ਉੱਪਰ ਉੱਥੇ ਟੇਪ ਲਵਾ ਦਾਂਗੇ ਨਾ ਬਲਾਰ ਵਾਲੀ ਜਿਹੜੀ ਟੇਪ ਹੁੰਦੀ ਇੱਥੇ ਐੱਲ ਈ ਡੀ ਪੈਨਲ ਬਣੂੰਗਾ ਇੱਥੇ ਇਹ ਦੀਦੀ ਉਹਨਾਂ ਦਾ ਕਮਰਾ ਹੈ ਇੱਧਰ ਬੈੱਡ ਲੱਗ ਜਾਣਾ ਆ ਕੰਧ ਆਪਣੀ ਇਹਦਾ ਕਾਫੀ ਫਰਕ ਪੈ ਗਿਆ ਪੰਜਾਬ ਵਿੰਗੀ ਹੋ ਗਈ ਯਾਰ ਕੰਧ ਧੱਕ ਵੱਜ ਗਿਆ ਕਿੱਧਰ ਨੂੰ ਜਾਣ ਡੀ ਇਹ ਕਰਨੀ ਪਾਣੀ ਦੇੜ ਕੇ ਜ਼ਿਆਦਾ ਨਹੀਂ ਠੀਕ ਆਹੋ ਸ਼ਾਨ ਦੀ ਮੈਂ ਤਾਂਹੀਓ ਨਹੀਂ ਵਟੇਰੀ ਜੀ ਬਣਾਈ ਤੁਸੀਂ ਕਹਿੰਦੇ ਵਟੇਰੀ ਜੀ ਬਣਾ ਦੇ ਮੈਂ ਤਾਂ ਹੀ ਨਹੀਂ ਬਣਾਈ ਇਹ ਸਾਨਣਾ ਪੈਣਾ ਹੈ ਹਾਂ ਘੰਟੀ ਕੀ ਹੈ ਨਹੀਂ ਇਹਦਾ ਨਾ ਹੀ ਮੁੰਡੇ ਦਾ ਘੰਟੀ ਹੈ ਇਹਨਾਂ ਖਵੇਂ ਜਾਣ ਕੇ ਕਹਿਣ ਡਿਆ ਖਿਲਾਰਾ ਨਹੀਂ ਵੇਲੇ ਚੁੱਕਿਆ ਜਾਂਦਾ ਜਿੰਨਾ ਮਰਜ਼ੀ ਹੋਵੇ ਕਿ ਨਹੀਂ ਹਾਂ ਪੌੜੀ ਰਹਿ ਗਈ ਸੱਚ ਆਹ ਉੱਧਰ ਨੂੰ ਚਰਿਆ ਕੋਈ ਇੱਥੇ ਨਾ ਮਿਸਤਰੀ ਚੜ੍ਹੇ ਅਤੇ ਫਿਰ ਟੀਨ ਟੁੱਟ ਗਈ ਉੱਥੋਂ ਅਤੇ ਹੁਣ ਫਿਰ ਟੀਨ ਦੇ ਉੱਤੇ ਟੀਨ ਰੱਖ ਕੇ ਨਾ ਉਹ ਜੋੜੀ ਜਾੜੀ ਆ ਵੀ ਗੂੰਦਗਾਂ ਜੀ ਲਾ ਲੂ ਪਤਾ ਨਹੀਂ ਕੀ ਹਿਸਾਬ ਤਾ ਉਹ ਅਤੇ ਆਹ ਜੀ ਮਾਲ ਮਟੀਰੀਅਲ ਫਿਰ ਪਿਆ ਬੜੀ ਸਫਾਈ ਕੀਤੀ ਹੁਣ ਫਿਰ ਇਹ ਹੁਣ ਪੋਚੇ ਨਹੀਂ ਲੱਗਣੇ ਅਤੇ ਪਾਣੀ ਮਾਰਿਆ ਮੈਂ ਵੱਟੇ ਜਿਹੇ ਨਿਕਲਦੇ ਆਉਂਦੇ ਹੁਣ ਝਾੜੂ ਜਿਹੜਾ ਨਹੀਂ ਬੌਕਰ ਮਾਰੀ ਬਸ ਜਿਹਨੂੰ ਕਹਿੰਦੇ ਭਾਰੀ ਉਹ ਮਾਰੀ ਅਤੇ ਫਿਰ ਸਾਰਾ ਹੀ ਮਿੱਟੀ ਮੋਟੇ ਨਿਕਲ ਜਾਓ ਅੱਜ ਉੱਧਰ ਨੂੰ ਲੈ ਕਿੰਨੀ ਸਫਾਈ ਕੀਤੀ ਫਿਰ ਉਹ ਹਾਲ ਹੋ ਗਏ ਹੈਂ ਉਹਦੇ ਵਿੱਚ ਰੱਖਣ ਡੀ ਪੈਰ ਇਹਨੂੰ ਇਹਨੂੰ ਫੜ ਕੇ ਨਾ ਤੇ ਅਸੀਂ ਵੀਡੀਓ ਵੇਖ ਲਓ ਉਹਦੇ 'ਚ ਪੈਰ ਰੱਖਿਆ ਉਹ ਚੁੱਕਿਆ ਕਹਿੰਦਾ ਮੁੜ ਕੇ ਡਿੱਗ ਪਈ ਮੂੰਹ ਦੇ ਮੂੰਹ ਜੀ ਬਾਬਾ ਜੀ ਵਾਹਿਗੁਰੂ ਕਰ ਦਿਓ ਵਾਹਿਗੁਰੂ ਵਾਹਿਗੁਰੂ ਕਰ ਦਿਓ ਵਾਹਿਗੁਰੂ ਛੇਕੜਾ ਨਹੀਂ ਉੱਠਦਾ ਆ ਬੰਜਾ ਤੇ ਹਾਰ ਜਾਣਾ ਉਹਨਾਂ ਨੇ ਫਿਰ ਕੇ
ਹਾਂਜੀ, ਕਈ ਜਾਣਿਆਂ ਦੇ ਕਮੈਂਟ ਆਉਂਦੇ ਹੈਗੇ ਵੀ ਸੰਦੀਪ ਦਾ ਪਾਸਪੋਰਟ ਜਿਹੜਾ ਉਹ ਬਣ ਗਿਆ ਆ ਕਿੱਦਾਂ, ਅਤੇ ਹਾਂ ਉਹ ਬਣ ਗਿਆ ਆ, ਹੁਣ ਉਹ ਕੀ ਪਤਾ ਕਦੋਂ ਆਉਂਦਾ ਹੈ, ਇਹਦਾ ਨਹੀਂ ਮੈਨੂੰ ਪਤਾ, 40 ਦਿਨ ਦੇ ਅੰਦਰ ਪਤਾ ਨਹੀਂ ਪ੍ਰੋਸੈਸ ਹੁੰਦਾ ਉਹਦਾ ਖਣੀ, ਅਤੇ ਉਹਦੇ ਵਿੱਚ ਕਹਿ ਰਹੇ ਆ ਵੀ ਡਾਕੂਮੈਂਟ ਕਿਹੜੇ ਕਿਹੜੇ ਲੱਗੇ ਨੇ, ਅਤੇ ਪਹਿਲਾਂ ਤਾਂ ਅਸੀਂ ਜਿਹੜੀਆਂ ਪਹਿਲਾਂ ਅਪੋਇੰਟਮੈਂਟ ਬਣਾਉਂਦੇ ਰਹੇ ਹਾਂ ਉਹ ਤਾਂ ਆਪਾਂ ਤਤਕਾਲ ਦੇ ਵਿੱਚ ਬਣਾਈਆਂ, ਤਤਕਾਲ ਵਿੱਚ ਇਹ ਮੁਸ਼ਕਿਲ ਆਉਂਦੀ ਜੇ ਵੀ ਪਰੂਫ ਜ਼ਿਆਦਾ ਮੰਗਦੇ ਆ ਵੀ, ਠੀਕ ਹੈ, ਉਹ ਮੈਨੂੰ ਨਹੀਂ ਪਤਾ ਕਿਉਂ ਮੰਗਦੇ ਆ ਵੀ, ਉਹਦੇ ਵਿੱਚ ਬੈਂਕ ਡਿਟੇਲ ਵੀ ਮੰਗਦੇ ਆ ਵੀ ਜੁਆਇੰਟ ਖਾਤਾ ਹੋਵੇ ਜਾਂ ਫਿਰ ਤੁਹਾਡਾ ਆਪਣਾ ਖਾਤਾ ਹੋਣਾ ਚਾਹੀਦਾ ਹੈ, ਠੀਕ ਹੈ, ਇੱਕ ਇਹ ਪਰੂਫ ਹੋ ਗਿਆ, 10ਵੀਂ ਦਾ ਸਰਟੀਫਿਕੇਟ ਹੋ ਗਿਆ, ਆਧਾਰ ਕਾਰਡ ਹੋ ਗਿਆ, ਫਿਰ ਪੈਨ ਕਾਰਡ ਹੋ ਗਿਆ, ਕਈ ਵਾਰੀ ਹੋ ਸਕੇ ਤਾਂ ਫਿਰ ਉਹ ਵੋਟਰ ਕਾਰਡ ਵੀ ਸਾਡੇ ਕੋਲ ਮੰਗਿਆ, ਐਵੇਂ ਕਾਖੀ ਸਾਡੇ ਕੋਲ ਵੋਟਰ ਕਾਰਡ ਵੀ ਮੰਗਿਆ, ਪਤਾ ਨਹੀਂ ਹੁਣ ਕਈਆਂ ਮੰਗਣ ਚਾਹੇ ਨਾ ਮੰਗਣ, ਪਰ ਸਾਡੇ ਕੋਲ ਉੱਦਣ ਵੋਟਰ ਕਾਰਡ ਵੀ ਮੰਗਿਆ। ਫਿਰ ਦੂਜੀ ਗੱਲ ਇਹ ਉਹ ਮੈਰਿਜ ਸਰਟੀਫਿਕੇਟ ਜਿਹੜਾ ਨਹੀਂ ਆ ਉਹ ਵੀ ਮੰਗਦੇ ਜੇ, ਠੀਕ ਹੈ। ਉਸ ਤੋਂ ਬਾਅਦ ਵਿੱਚ ਆਪਾਂ ਤਤਕਾਲ ਵਿੱਚ ਫਿਰ ਆਪਾਂ ਨੂੰ ਉੱਥੇ ਦੀਦੀ ਵਾਕਫ ਸੀਗੀ ਸਾਡੀ ਜਲੰਧਰ, ਵਾਕਫ ਨਿਕਲਾਈ ਮੁੜ ਕੇ, ਉਹਨੂੰ ਐਰਕਾ ਫੋਨ ਕਰਕੇ ਪੁੱਛ ਲਿਆ ਵੀ ਇਹ ਤਤਕਾਲ 'ਚ ਬਣਾਈ ਕਿ ਨੋਰਮਲੀ, ਕਹਿੰਦੀ ਨੋਰਮਲ ਬਣਾਓ, ਨੋਰਮਲ ਦੇ ਵਿੱਚ 3 ਤੋਂ 4 ਪਰੂਫ ਮੰਗਦੇ, ਜ਼ਿਆਦਾ ਨਹੀਂ ਮੰਗਦੇ। ਮੈਂ ਕਿਹਾ ਚਲੋ ਠੀਕ ਆ, ਨੋਰਮਲੀ ਦੇ ਵਿੱਚ ਆਪਣਾ ਮੈਰਿਜ ਸਰਟੀਫਿਕੇਟ ਹੋ ਗਿਆ, ਅਤੇ ਦੂਜੀ ਗੱਲ ਕਈਆਂ ਕੋਲ ਪੁੱਛਦੇ ਵੀ ਮੈਰਿਜ ਸਰਟੀਫਿਕੇਟ, ਕਈਆਂ ਕੋਲ ਪੁੱਛਦੇ ਨਹੀਂ ਭਰਾ, ਹੁਣ ਮੰਨ ਲਓ ਆਹ ਲਵਲੀ ਆ, ਇਹ ਗਈ ਸੀਗੀ, ਇਹਦਾ ਹਸਬੈਂਡ ਗਿਆ ਰਾਜੂ, ਅਤੇ ਉਹਦੇ ਕੋਲੋਂ ਮੈਰਿਜ ਸਰਟੀਫਿਕੇਟ ਪੁੱਛਿਆ ਨਹੀਂ ਆ, ਉਹ ਕਹਿੰਦਾ ਵੀ ਤੇਰੀ ਵਾਈਫ ਦਾ ਆਧਾਰ ਕਾਰਡ ਚਾਹੀਦਾ, ਨਾਲ ਨਾਂ ਚੜਿਆ ਹੋਣਾ ਚਾਹੀਦਾ, ਉਹ ਲੱਗਣਾ ਹੈ, ਉਹ ਲੱਗ ਗਿਆ, ਨਾਲ ਉਹਦਾ ਵੀ ਕੰਮ ਬਣ ਗਿਆ, ਅਤੇ ਆਪਣਾ ਤਾਂ ਉਹਨਾਂ ਨੇ ਮੈਰਿਜ ਸਰਟੀਫਿਕੇਟ ਲਿਆ, ਆਧਾਰ ਕਾਰਡ ਲਿਆ, ਪੈਨ ਕਾਰਡ ਲਿਆ, ਹੋਰ ਕਿਹੜਾ ਪਰੂਫ ਲਿਆ ਉਹਨਾਂ ਨੇ ਸਾਡੇ ਕੋਲੋਂ, 10ਵੀਂ ਦਾ ਸਰਟੀਫਿਕੇਟ, ਬਸ ਇਹ ਪਰੂਫ ਆ, ਅਤੇ ਬਾਕੀ ਪੈਨ ਕਾਰਡ ਨਹੀਂ ਲੱਗਾ ਲੁੱਗਾ ਵੀ ਇਹਦੇ ਤਾਂ, ਆਪਣਾ ਨੋਰਮਲ ਦੇ ਵਿੱਚ ਪੈਨ ਕਾਰਡ ਦੇ ਤਤਕਾਲ ਵਿੱਚ ਪੈਨ ਕਾਰਡ ਮੰਗਦੇ ਆ, ਅਤੇ ਇਹੀ ਪਰੂਫ ਆ ਬਸ ਲੱਗੇ, ਅਤੇ ਟਾਈਮ ਆਪਾਂ ਨੂੰ ਲੱਗ ਹੀ ਗਿਆ, ਜਿਉਂ ਗਏ ਆਪਾਂ 11:10 ਦੇ ਅੰਦਰ ਗਏ ਹਾਂ, ਅਤੇ 3:00 ਤਾਂ ਬੰਦੇ ਕਿੰਨੇ ਟਾਈਮ 'ਤੇ ਆਏ ਹਾਂ, ਆਪਾਂ ਫ੍ਰੀ ਹੋਏ ਹਾਂ, ਇੱਦਾਂ ਹੋਇਆ ਸਾਡੇ ਨਾਲ, ਇੰਨਾ ਟਾਈਮ ਲੱਗਾ, ਅਤੇ ਕਿਉਂਕਿ ਟਾਈਮ ਲੱਗਦਾ ਬਹੁਤ, ਬੜੀ ਦੁਨੀਆ ਇਕੱਠੀ ਹੋਈ, ਮੈਂ ਇਹ ਚੀਜ਼ ਦੇਖਣ ਡਿਆ, ਮੈਂ ਕਿਹਾ ਭਾਵੇਂ ਸਾਰਾ ਪੰਜਾਬ ਹੀ ਬਾਹਰ ਤੁਰ ਜਾਵੇ ਇੱਕ ਟਾਈਮ ਨੂੰ, ਜਿੰਨੀ ਦੁਨੀਆ ਉੱਥੇ, ਬਹੁਤ ਜ਼ਿਆਦਾ ਦੁਨੀਆ ਪਾਸਪੋਰਟ ਬਣਾਉਣੀ, ਬੱਲੇ ਬੱਲੇ ਹੱਥ ਹੋਈ ਪਈ। ਜੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ, ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।